ਵਾਤਾਵਰਨ ਨੂੰ ਹਰਾ ਭਰਾ ਬਣਾਉਣ, ਹਵਾ ਨੂੰ ਸਵੱਛ ਰੱਖਣ ਅਤੇ ਇਲਾਕੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਸੰਬੰਧ ਵਿੱਚ ਸਕੂਲ ਮੈਨੇਜਮੈਂਟ ਦੇ ਵਿਸ਼ੇਸ਼ ਉਪਰਾਲੇ ਸਦਕਾ ਅਤੇ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਜੀ ਦੇ ਯਤਨਾਂ ਸਦਕਾ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਦੀਵਾਲਾ ਦੇ ਸਮੂਹ ਅਧਿਆਪਕਾਂ ਵੱਲੋਂ ਮਾਪਿਆਂ ਅਧਿਆਪਕਾਂ ਦੀ ਮਿਲਣੀ ਦੌਰਾਨ ਸਕੂਲ ਵਿਖੇ ਬੂਟੇ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਦੌਰਾਨ ਵਾਤਾਵਰਨ ਨੂੰ ਸਾਫ਼ ਸੁਥਰਾ ਪ੍ਰਦੂਸ਼ਣ ਰਹਿਤ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਚੇਅਰਮੈਨ ਸ਼੍ਰੀ ਅਨਿਲ ਚੋਪੜਾ ਜੀ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਜੀ ਦੇ ਯਤਨਾਂ ਸਦਕਾ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਭਾਵ ਪੇਰੈਂਟਸ ਟੀਚਰ ਮੀਟਿੰਗ ਦੌਰਾਨ ਬੂਟੇ ਵੰਡੇ ਗਏ। ਇਸ ਮੌਕੇ ਮਾਪਿਆਂ ਨੇ ਵੱਧ ਉਤਸ਼ਾਹ ਦਿਖਾਉਂਦੇ ਹੋਏ ਅਲੱਗ ਅਲੱਗ ਪ੍ਰਕਾਰ ਦੇ ਸ਼ਾਨਦਾਰ ਫਲਦਾਰ ਅਤੇ ਦੇਸੀ ਜੜੀਆਂ ਬੂਟੀਆਂ ਵਾਲੇ ਬੂਟੇ ਲਿਜਾਏ ਗਏ। ਇਸ ਮੌਕੇ ਮਾਪਿਆਂ ਨੇ ਵਿਸ਼ੇਸ਼ ਤੌਰ 'ਤੇ ਸਕੂਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਇੱਕ ਸ਼ਲਾਘਾਯੋਗ ਕਦਮ ਹੈ, ਇਸ ਨਾਲ ਬੱਚੇ ਵੀ ਵਾਤਾਵਰਨ ਦੇ ਨਾਲ ਜੁੜਦੇ ਹਨ। ਇਸ ਮੌਕੇ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ ਨੇ ਬੱਚਿਆਂ ਨੂੰ ਸੰਦੇਸ਼ ਵਿੱਚ ਕਿਹਾ ਕਿ ਆਪਣੇ ਜਨਮ ਦਿਨ 'ਤੇ ਫਜ਼ੂਲ ਖਰਚੀ ਛੱਡ ਕੇ ਘੱਟੋ ਘੱਟ ਇੱਕ ਬੂਟਾ ਲਗਾ ਕੇ ਉਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇੱਕ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਹੀ ਇੱਕ ਚੰਗਾ ਵਿਦਿਆਰਥੀ ਅਖਵਾਉਂਦਾ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਆਪਣੇ ਹੱਥੀਂ ਮਾਪਿਆਂ ਨੂੰ ਬੂਟੇ ਵੰਡੇ ਗਏ। ਇਸ ਦੌਰਾਨ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ, ਸਮੂਹ ਸਟਾਫ ਮੈਂਬਰ ਅਤੇ ਮਾਪੇ ਹਾਜ਼ਰ ਸਨ। ਵਿਸ਼ੇਸ਼ ਰਿਪੋਰਟ ਗੁਰਪ੍ਰੀਤ ਸੋਤਾ, ਸਾਇੰਸ ਅਧਿਆਪਕ ਗੜ੍ਹਦੀਵਾਲਾ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ, ਜੇ ਨਾ ਰਹੀ ਹਰਿਆਲੀ ਫੇ ਕੀ ਕਰਨਾ ਤਖਤਾਂ ਨੂੰ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ, ਚੜ ਗਏ ਤਾਂ ਰੁੱਤਾਂ ਵਰਗੇ ਨੇ, ਪਾਣੀ ਪਾਪਾ ਪਾਲੇ ਇਹ ਤਾਂ ਪੁੱਤਾਂ ਵਰਗੇ ਨੇ। ਪਤਝੜ ਵਿੱਚ ਪਤਝੜ ਗਏ ਤਾਂ ਰੁੱਤਾਂ ਵਰਗੇ ਨੇ, ਪਾਣੀ ਪਾਪਾ ਪਾਲੇ ਇਹ ਤਾਂ ਪੁੱਤਾਂ ਵਰਗੇ ਨੇ। ਕੋਈ ਆ ਸਮਝਾਵੋ ਇਹਨਾਂ ਦਿਲੋਂ ਕੁਰਖਤਾਂ ਨੂੰ, ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ, ਜੇ ਨਾ ਰਹੀ ਹਰਿਆਲੀ ਫੇ ਕੀ ਕਰਨਾ ਤਖਤਾਂ ਨੂੰ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ, ਜੇ ਨਾ ਰਹੀ ਹਰਿਆਲੀ ਫੇ ਕੀ ਕਰਨਾ ਤਖਤਾਂ ਨੂੰ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ। ਸਮਝ ਸਕੋ ਤਾਂ ਸਮਝ ਲਵੋ ਇਹ ਗੱਲਾਂ ਰਾਜ਼ ਦੀਆਂ, ਸੜਕ ਜਾਂਦਿਆਂ ਜੁੜ ਗਈਆਂ ਸਤਰਾਂ ਸਰਤਾਜ ਦੀਆਂ। ਸਮਝ ਸਕੋ ਤਾਂ ਸਮਝ ਲਵੋ ਇਹ ਗੱਲਾਂ ਰਾਜ਼ ਦੀਆਂ, ਸੜਕ
ਜਾਂਦਿਆਂ ਜੁੜ ਗਈਆਂ ਸਤਰਾਂ ਸਰਤਾਜ ਦੀਆਂ, ਰੁੱਖਾਂ ਬਾਜੋਂ ਔਖਾ ਹੋ ਜਾਊ ਕੱਟਣਾ ਵਖਤਾਂ ਨੂੰ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ, ਜੇ ਨਾ ਰਹੀ ਹਰਿਆਲੀ ਹੇ ਕੀ ਕਰਨਾ ਤਖਤਾਂ ਨੂੰ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ, ਜੇ ਨਾ ਰਹੀ ਹਰਿਆਲੀ ਫੇ ਕੀ ਕਰਨਾ ਤਖਤਾਂ ਨੂੰ। ਸੁਣ ਭਾਈ ਆਰੇ ਵਾਲੇ ਆਵੇ ਨਾ ਚੀਰ ਦਰਖਤਾਂ ਨੂੰ। ਮਿੱਠਾ ਬੋਲ ਤੂੰ ਸਪਨਾ ਦਾ ਸਤਿਕਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ। ਮੁੱਖ ਤੂੰ ਮਿੱਠਾ ਬੋਲ ਤੂੰ ਕੰਨ ਲਗਾ ਕੇ ਸੁਣ ਮਨਾ, ਇਹ ਵਹਿੰਦੇ ਪਾਣੀ ਨਦੀਆਂ ਦੇ ਉਸੇ ਦੀ ਖੇੜਨ ਤੁਮ ਮਨਾ। ਜੋ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਚੋਂ ਉੱਠਦਾ ਦੀਦਾਰ ਕਰ। ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ। ਤੂੰ ਮਿੱਠਾ ਬੋਲ ਤੂੰ ਤੂੰ ਬਸ ਪਿਆਰ ਦਾ ਇਜ਼ਹਾਰ ਕਰ। ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ। ਆਓ ਇੱਕ ਸੰਕਲਪ ਦੁਹਰਾਈਏ, ਵਾਤਾਵਰਨ ਨੂੰ ਸਾਫ ਸੁਥਰਾ ਬਣਾਈਏ, ਲਾ ਕੇ ਅਨੇਕਾਂ ਰੁੱਖ ਤੇ ਕਰਕੇ ਸਾਂਭ ਸੰਭਾਲ। ਵਾਤਾਵਰਨ ਪ੍ਰੇਮੀ ਅਸੀਂ ਕਹਾਈਏ, ਜਨਮ ਦਿਨ ਤੇ ਛੱਡ ਕੇ ਫਜ਼ੂਲ ਖਰਚੀ ਨੂੰ, ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਈਏ। ਪ੍ਰੀਤ ਬਣ ਕੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ, ਇਸ ਦੁਨੀਆ 'ਤੇ ਵੱਖਰੀ ਪਹਿਚਾਣ ਬਣਾਈਏ। ਸਮੁੱਚੇ ਸਮਾਜ ਦੀ ਕਰਕੇ ਦਿਲੋਂ ਸੇਵਾ, ਪਰਮਾਤਮਾ ਦੇ ਸੱਚੇ ਸੇਵਕ ਅਖਵਾਈਏ। ਆਓ ਰਲ ਮਿਲ ਇੱਕ ਰੁੱਖ ਲਗਾਈਏ, ਵਾਤਾਵਰਨ ਨੂੰ ਸਾਫ ਸੁਥਰਾ ਬਣਾਈਏ। ਆਓ ਇੱਕ ਰੁੱਖ ਲਗਾਈਏ, ਆਓ ਇੱਕ ਰੁੱਖ ਲਗਾਈਏ।